ਪੰਜਾਬ ਵਿੱਚ ਕਰਜ਼ੇ ਕਾਰਨ ਕਿਸਾਨ ਖੁਦਕੁਸ਼ੀਆਂ ਦਾ ਅੰਕੜਾ ਦਿਨ-ਬਦਿਨ ਵੱਧਦਾ ਜਾ ਰਿਹਾ ਹੈ। ਇਸ ਸੰਬੰਧੀ ਕਾਂਗਰਸ ਸਰਕਾਰ ਕਿਸਾਨ ਕਰਜ਼ ਮੁਆਫੀ ਜਲਦ ਕਰਨ ਦੀ ਗੱਲ ਵੀ ਆਖ ਰਹੀ ਹੈ। ਚੰਡੀਗੜ੍ਹ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਜ਼ੀਰਾ ਨੇ ਆਖਿਆ ਕਿ ਕਰਜ਼ੇ ਤੋਂ ਤੰਗ ਆਏ ਕਿਸਾਨ ਆਤਮ ਹੱਤਿਆ ਵਰਗਾ ਕਦਮ ਨਾ ਚੁੱਕਣ। ਉਨ੍ਹਾਂ ਵੀ ਆਖਿਆ ਕਿ ਕਾਂਗਰਸ ਸਰਕਾਰ ਵੱਲੋਂ ਬਣਾਈ ਗਈ ਕਮੇਟੀ 2 ਮਹੀਨਿਆਂ ਵਿੱਚ ਆਪਣੀ ਰਿਪੋਰਟ ਦੇਵੇਗੀ, ਜਿਸ ਦੇ ਆਧਾਰ ਤੇ ਹੀ ਪੰਜਾਬ ਸਰਕਾਰ ਕੋਈ ਵੱਡਾ ਫੈਸਲਾ ਲਵੇਗੀ। ਦੇਖੋ, ਅਸੀਂ ਪ੍ਰੈਸ ਰਾਹੀਂ, ਆਮ ਲੋਕਾਂ ਰਾਹੀਂ ਸਾਰੇ ਕਿਸਾਨਾਂ ਨੂੰ ਇਹ ਗੱਲ ਕਹੀਏ ਕਿ ਆਤਮ ਹੱਤਿਆ ਨਾ ਕਰੋ। ਆਤਮ ਹੱਤਿਆ ਹੱਲ ਨਹੀਂ। ਤੁਹਾਨੂੰ ਕੋਈ ਤੰਗ ਕਰਦਾ, ਬੈਂਕ ਵਾਲਾ ਕਰਦਾ, ਕੋਈ ਆੜ੍ਹਤੀਆ ਤੰਗ ਕਰਦਾ, ਅਤੇ ਸਰਕਾਰ ਤੁਹਾਡੇ ਨਾਲ ਖੜ੍ਹੀ ਹੈ। ਔਰ ਮੈਂ ਆਪਦੇ ਨੰਬਰ ਵੀ ਦਿੱਤੇ ਨੇ ਟੈਲੀਫੋਨ ਦੇ। ਨਹੀਂ, ਅਸੀਂ ਉਹਨਾਂ ਨੂੰ ਭਰੋਸਾ ਦਵਾਇਆ, ਅਸੀਂ ਪੈਸਾ ਕਿਤੋਂ ਲੈ ਕੇ ਆਈਏ, ਤੁਹਾਡੇ ਕਰਜ਼ੇ ਮਾਫ਼ ਕਰਾਂਗੇ। ਸਿਰਫ 2 ਮਿੰਟ ਕਮੇਟੀ ਬਣਾਈਏ, 2 ਮਹੀਨੇ ਜਿਹੜੀ ਕਮੇਟੀ ਇਹਦੀ ਰਿਪੋਰਟ ਆਏਗੀ, ਰਿਪੋਰਟ ਤੋਂ ਬਾਅਦ ਅਸੀਂ ਇਹ ਸਾਰਾ ਕਰਜ਼ਾ ਮਾਫ਼ ਕਰ ਦਿਆਂਗੇ। ਅਸੀਂ ਇਹ ਵੀ ਕਿਸਾਨ ਨੂੰ ਕਿਹਾ, ਇਹ ਸਮਝ ਲਓ ਕਿ ਤੁਹਾਡਾ ਕਰਜ਼ਾ ਮਾਫ਼ ਹੈ, ਪਰ ਥੋੜ੍ਹਾ ਜਿਹਾ ਟਾਈਮ